ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਸੁਰਿੰਦਰ ਸਿੰਘ ਇੱਕ ਵਾਰ ਫਿਰ ਤੋਂ ਸਵਾਗਤ ਹੈ ਤੁਹਾਡਾ ਐਸਟੀਮੇਟ ਵਾਲੇ ਟੀਮ ਵੱਲੋਂ ਅੱਜ ਅਸੀਂ ਪਹੁੰਚੇ ਹਾਂ ਜ਼ਿਲ੍ਹਾ ਮੋਗਾ ਸ਼ੌਪ ਦਾ ਨਾਮ ਹੈ ਗੋਬਿੰਦ ਮੋਬਾਈਲ ਪੁਆਇੰਟ ਪੱਟੀ ਵਾਲੀ ਗਲੀ ਮੇਨ ਬਾਜ਼ਾਰ ਦੇ ਸਾਹਮਣੇ ਵਾਲੀ ਗਲੀ ਹੈ ਅਤੇ ਅਸੀਂ ਅੱਜ ਇਹਨਾਂ ਕੋਲ ਵੈਰੀਫਾਈ ਕਰਨ ਪਹੁੰਚੇ ਹਾਂ ਕਿਉਂਕਿ ਮੰਨਿਆ ਜਾਂਦਾ ਹੈ ਇਹ ਆਈਫੋਨ ਦਾ ਚਿਪ ਲੈਵਲ ਦਾ ਕੰਮ ਕਰਦੇ ਨੇ ਮਦਰਬੋਰਡ ਦਾ ਚਿਪ ਲੈਵਲ ਦਾ ਕੰਮ ਕਰਦੇ ਨੇ ਪਲੱਸ ਬਹੁਤ ਫਾਸਟ ਸਰਵਿਸ ਦਿੰਦੇ ਨੇ ਡਿਸਪਲੇ ਚੇਂਜ ਦੇ ਵਿੱਚ ਮੰਨਿਆ ਜਾਂਦਾ ਹੈ ਕਿ ਇਹ 15 ਮਿੰਟ ਦੇ ਵਿੱਚ ਡਿਸਪਲੇ ਚੇਂਜ ਕਰ ਦਿੰਦੇ ਨੇ ਆਈਫੋਨ ਦੀ ਅੱਜ ਅਸੀਂ ਇਹਨਾਂ ਨੂੰ ਟੈਸਟ ਕਰਨ ਲਈ ਇੱਕ ਮੋਬਾਈਲ ਵੀ ਲੈ ਕੇ ਆਏ ਹਾਂ ਆਹ ਤੁਹਾਨੂੰ ਮੈਂ ਦਿਖਾ ਦਿੰਦਾ ਇਸ ਮੋਬਾਈਲ ਦੇ ਵਿੱਚ ਡਿਸਪਲੇ ਦੇ ਉੱਤੇ ਲਾਈਨ ਆ ਰਹੀ ਹੈ ਠੀਕ ਹੈ ਜੀ ਅੱਜ ਅਸੀਂ ਦੇਖਾਂਗੇ ਕਿ ਕਿੰਨੇ ਟਾਈਮ ਦੇ ਵਿੱਚ ਸਾਨੂੰ ਇਹ ਰਿਪੇਅਰ ਕਰਕੇ ਦਿੰਦੇ ਨੇ ਬਾਕੀ ਟੂਲਸ ਐਂਡ ਟੈਕਨੋਲੋਜੀ ਬਾਰੇ ਜਾਣਕਾਰੀ ਲਵਾਂਗੇ ਕਿ ਕਿਹੜੀ ਕਿਹੜੀ ਟੂਲਸ ਐਂਡ ਟੈਕਨੋਲੋਜੀ ਇਹ ਯੂਜ਼ ਕਰਦੇ ਨੇ ਅਮਨਦੀਪ ਸਿੰਘ ਜੀ ਇਹਨਾਂ ਦਾ ਨਾਮ ਹੈ ਬਾਕੀ ਆਪਾਂ ਗੱਲਬਾਤ ਕਰਕੇ ਤੁਹਾਨੂੰ ਦਿਖਾਉਂਦੇ ਹਾਂ ਹਾਂਜੀ ਸਤਿ ਸ਼੍ਰੀ ਅਕਾਲ ਅਮਨਦੀਪ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਬਹੁਤ ਨਾਮ ਸੁਣਿਆ ਗੋਬਿੰਦ ਮੋਬਾਈਲ ਪੁਆਇੰਟ ਤੇ ਤੁਹਾਡੀ ਸ਼ੌਪ ਦਾ ਨਾਮ ਹੈ ਅਸੀਂ ਇਹ ਵੀ ਸੁਣਿਆ ਕਿ ਤੁਸੀਂ ਬਹੁਤ ਅੱਛਾ ਕੰਮ ਕਰਦੇ ਹੋ ਕਸਟਮਰ ਸੈਟੀਸਫੈਕਸ਼ਨ ਲੈਵਲ ਤੁਹਾਡਾ 100% ਹੈ ਮੈਂ ਸੁਣਿਆ ਤੁਸੀਂ ਮਦਰਬੋਰਡ ਦਾ ਚਿਪ ਲੈਵਲ ਦਾ ਕੰਮ ਕਰ ਦਿੰਦੇ ਹੋ ਆਈਫੋਨ ਦਾ ਤੇ ਪਲੱਸ ਜਿਹੜੀ ਡਿਸਪਲੇ ਆ ਬਹੁਤ ਜਲਦੀ ਟਾਈਮ ਦੇ ਵਿੱਚ ਤੁਸੀਂ ਕੰਪਲੀਟ ਕਰ ਦਿੰਦੇ ਹੋ ਤੇ ਸਾਰਾ ਕੰਮ ਸਰ ਇੱਥੇ ਹੀ ਕਰਦੇ ਹੋ ਤੁਸੀਂ ਹਾਂ ਸਭ ਕੰਮ ਇੱਥੇ ਹੁੰਦਾ ਸਰ ਓਕੇ 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 ਤੇ ਤੁਸੀਂ ਮੈਨੂੰ ਅੱਗੇ ਦੀ ਜਾਣਕਾਰੀ ਦੇ ਸਕਦੇ ਹੋ ਕਿਹੜੀ ਕਿਹੜੀ ਟੂਲਸ ਐਂਡ ਟੈਕਨੋਲੋਜੀ ਚੱਲ ਰਹੀ ਆ ਜੋ ਮੈਂ ਲਾਈਵ ਦਿਖਾਉਂਦਾ ਹਾਂ ਜੀ ਵੀਰੇ ਥੈਂਕ ਯੂ ਵੀਰੇ ਥੈਂਕ ਯੂ ਅੱਛਾ ਇਹ ਤੁਹਾਡਾ ਸੈਟਅਪ ਹੈ ਭਾਜੀ ਜਿੱਥੇ ਤੁਸੀਂ ਨਾਰਮਲ ਸੌਫਟਵੇਅਰ ਵਗੈਰਾ ਫਿਟਿੰਗ ਸੌਫਟਵੇਅਰ ਵਗੈਰਾ ਦਾ ਸਾਰਾ ਕੰਮ ਇੱਧਰ ਹੁੰਦਾ ਹੈ ਓਕੇ ਫੋਲਡਰ ਵਗੈਰਾ ਦਾ ਜੋ ਵੀ ਕੰਮ ਹੈਗਾ ਲੜਕਾ ਅੱਛਾ ਫੋਲਡਰ ਦਾ ਕੰਮ ਇੱਥੇ ਹੁੰਦਾ ਜੋ ਵੀ ਕੰਮ ਹੈ ਇੱਥੇ ਕਰਦਾ ਲੜਕਾ ਥੋੜੇ ਟੈਕਨੀਕਲ ਮੇਰਾ ਸੈਟਅਪ ਮੈਨੂੰ ਲੱਗਦਾ ਐਕਸਪਰਟ ਨੇ ਹਾਂ ਜੀ ਹਾਂ ਜੀ ਪੁਰਾਣੇ ਹੈਗੇ ਸਾਰੇ ਓਕੇ ਮੇਰਾ ਸੈਟਅਪ ਸਾਰਾ ਅੰਦਰ ਹੈਗਾ ਓਕੇ ਇਹ ਤੁਹਾਡੀ ਲੈਬ ਹੈ ਹਾਂਜੀ ਇਹ ਮੇਰੀ ਲੈਬ ਹੈ ਸੈਟਅਪ ਹੈ ਮੇਰਾ ਮੈਂ ਖੁਦ ਇੱਥੇ ਕੰਮ ਕਰਦਾ ਬਿਲਕੁਲ ਠੀਕ ਹੈ ਜਿਵੇਂ ਮਾਈਕ੍ਰੋਸਾਫਟ ਵਗੈਰਾ ਪਿਆ ਹੈ ਨਾ ਸਾਰੇ ਲੇਟੈਸਟ ਟੂਲ ਹੈਗੇ ਆ ਓਕੇ 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 ਬਾਕੀ ਇਹ ਤੁਸੀਂ ਬਾਕੀ ਸ਼ੌਪ ਤੇ ਵੀ ਗਏ ਹੋਵੋਗੇ ਇਹ ਟੂਲ ਤਾਂ ਤੁਸੀਂ ਦੇਖੇ ਹੋਣੇ ਆ ਜੀ ਜੀ ਇਹ ਆਪਣਾ ਥਰਮਲ ਕੈਮਰਾ ਹੈਗਾ ਤੁਸੀਂ ਬਹੁਤ ਰੇਅਰ ਸ਼ੌਪ ਤੇ ਦੇਖਿਆ ਹੋਣਾ ਜੀ ਮੈਂ ਬਿਲਕੁਲ ਮੈਂ ਪਹਿਲਾਂ ਕਿ ਦੇਖਿਆ ਨਹੀਂ ਕਿਤੇ ਹਾਂ ਜੀ ਇਹਦੇ ਵਿੱਚ ਕੀ ਆ ਵੀ ਮਾਈਨਰ ਤੋਂ ਮਾਈਨਰ ਸ਼ਾਰਟਿੰਗ ਲੀਕੇਜ ਮਤਲਬ ਬਹੁਤ ਈਜ਼ੀਲੀ ਫਾਈਂਡ ਆਊਟ ਹੋ ਜਾਂਦੀ ਹੈ ਟਾਈਮ ਵੀ ਸੇਵ ਹੈ ਓਕੇ ਔਰ ਬਹੁਤ ਘੱਟ ਹੀ ਲੋਕਾਂ ਕੋਲ ਮਤਲਬ ਇਹ ਮੈਂ ਦੇਖਿਆ ਨਹੀਂ ਪਹਿਲਾਂ ਇਹ ਕਿਤੇ ਤੇ ਤੁਹਾਡੇ ਕੋਲ ਇਹ ਸਪੈਸ਼ਲੀ ਹੈਗਾ ਹਾਂ ਜੀ ਅਵੇਲੇਬਲ ਓਕੇ ਓਕੇ ਮਤਲਬ ਕਸਟਮਰ ਦੇ ਪ੍ਰੋਬਲਮ ਦਾ ਕੋਈ ਵੀ ਸੋਲੂਸ਼ਨ ਹੈ ਹਾਂ ਜੀ ਹਾਂ ਬਹੁਤ ਈਜ਼ੀਲੀ ਹੋ ਸਕਦਾ ਕਿਉਂਕਿ ਤੁਹਾਡੇ ਕੋਲ ਸਾਰੀ ਟੈਕਨੋਲੋਜੀ ਅਪਡੇਟਡ ਹੈ ਬਿਲਕੁਲ ਟਾਈਮ ਬਹੁਤ ਸੇਫ ਹੁੰਦਾ ਜੀ ਇਹਦੇ ਨਾਲ ਬਿਲਕੁਲ ਟਾਈਮ ਬਾਕੀ ਇਸ ਤੋਂ ਇਲਾਵਾ ਸਾਰੇ ਬੰਦਿਆਂ ਕੋਲ ਸ਼ਾਰਟੇਜ ਬਿਲਕੁਲ ਟਾਈਮ ਦੀ ਸ਼ਾਰਟੇਜ ਕੋਲ ਟਾਈਮ ਨਹੀਂ ਹੁੰਦਾ ਉਸ ਤੋਂ ਇਲਾਵਾ ਜਿਵੇਂ YMG ਦੀ ਮਸ਼ੀਨ ਆ ਆਪਣਾ ਗਲਾਸ ਚੇਂਜ ਕਰਨ ਵਾਸਤੇ ਓਕੇ 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 ਫਰੰਟ ਗਲਾਸ ਬੈਕ ਗਲਾਸ ਸਭ ਆਪਾਂ ਜੀ 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 ਬਹੁਤ ਅਪਡੇਟਡ ਟੈਕਨੋਲੋਜੀ ਹੈ ਤੁਹਾਡੇ ਕੋਲ ਤਾਂ ਹੀ ਤੁਹਾਡਾ ਜਿਹੜਾ ਟਾਈਮ ਹੈ ਉਹ ਘੱਟ ਲੱਗਦਾ ਡਿਸਪਲੇ ਦਾ ਵੀ ਤੇ ਜਿਹੜਾ ਚਿਪ ਲੈਵਲ ਦਾ ਕੰਮ ਬਿਲਕੁਲ ਬਹੁਤ ਵਧੀਆ ਤੁਸੀਂ ਸਟੈਂਡ ਕਰਨਾ ਤਾਂ ਨਾਲ ਨਾਲ ਆਪਦੇ ਆਪ ਨੂੰ ਅਪਡੇਟ ਕਰਨਾ ਪੈਣਾ ਟੈਕਨੋਲੋਜੀ ਵੀ ਜੋ ਵੀ ਟੂਲਸ ਹੈਗੇ ਤੁਹਾਨੂੰ ਅਪਡੇਟ ਕਰਨੇ ਪੈਣੇ ਆ ਅਮਨਦੀਪ ਸਿੰਘ ਜੀ ਮਤਲਬ ਜਿਹੜਾ ਚਿਪ ਲੈਵਲ ਦਾ ਕੰਮ ਹੈ ਉਹ ਤਾਂ ਬਹੁਤ ਗਹਿਰਾਈ ਦਾ ਕੰਮ ਹੈ ਹਨਾ ਤੁਸੀਂ ਬਹੁਤ ਐਕਸਪਰਟ ਹੋ ਉਸ ਚੀਜ਼ ਦੇ ਵਿੱਚ ਬਿਲਕੁਲ ਤੇ ਇੱਕ ਚੀਜ਼ ਤੁਸੀਂ ਇੱਕ ਹੋਰ ਹਾਈਲਾਈਟ ਕੀਤੀ ਹੋਈ ਹੈ ਕਿ ਤੁਸੀਂ ਜਿਹੜੀ ਡਿਸਪਲੇ ਹੈ ਸਿਰਫ 15 ਮਿੰਟ ਦੇ ਵਿੱਚ ਤੁਸੀਂ ਚੇਂਜ ਕਰਦੇ ਹੋ ਐਪਲ ਦੀ ਕੋਈ ਵੀ ਡਿਸਪਲੇ ਆ 15 ਇਹ ਗੱਲ ਬਾਰੇ ਬਿਲਕੁਲ ਸ਼ੋਰ ਹੋ ਤੁਸੀਂ ਹਾਂ ਜੀ ਹਾਂ ਜੀ ਸ਼ੋਰ ਓਕੇ ਤੇ ਮੈਂ ਤੁਹਾਨੂੰ ਅੱਜ ਇੱਕ ਟਾਸਕ ਦੇ ਰਿਹਾ ਜਾਂ ਇੱਕ ਚੈਲੰਜ ਦੇ ਰਿਹਾ ਕਿ ਤੁਸੀਂ ਆ ਮੈਂ ਮੋਬਾਈਲ ਲੈ ਕੇ ਆਇਆ ਠੀਕ ਹੈ ਜੀ ਇਸ ਚੀਜ਼ ਨੂੰ ਵੈਰੀਫਾਈ ਕਰਨ ਲਈ ਕਿ ਤੁਸੀਂ ਇਹ ਚੀਜ਼ ਰਿਐਲਿਟੀ 'ਚ ਕਰਦੇ ਹੋ ਜਾਂ ਵੈਸੇ ਹੀ ਉਹ ਤੁਸੀਂ ਬੋਲੀ ਹੋਈ ਹੈ ਠੀਕ ਹੈ ਤੇ ਇਹ ਤੁਹਾਨੂੰ ਇਹ ਚੀਜ਼ ਕਰਕੇ ਦਿਖਾਣੀ ਪੈਣੀ ਹੈ ਕਿ ਇਹ ਦੇਖੋ ਤੁਹਾਡੇ ਸਾਹਮਣੇ ਲਾਈਨ ਆ ਰਹੀ ਹੈ ਡਿਸਪਲੇ ਡੈਮੇਜ ਇਹ ਤੁਹਾਨੂੰ ਮੈਂ ਇੱਕ ਕਾਉਂਟਡਾਊਨ ਲਾ ਕੇ ਮੋਬਾਈਲ ਦਊਂਗਾ ਠੀਕ ਹੈ ਤੇ ਤੁਸੀਂ 15 ਮਿੰਟ ਦੇ ਵਿੱਚ ਇਹ ਬਿਲਕੁਲ ਚੇਂਜ ਕਰਕੇ ਦੇਣੀ ਠੀਕ ਹੈ ਜੀ ਬਿਲਕੁਲ ਆਪਾਂ ਕਾਉਂਟਡਾਊਨ ਸਟਾਰਟ ਕਰਨ ਲੱਗੇ ਹਾਂ ਭਾਜੀ ਠੀਕ ਹੈ ਆ 0 ਤੋਂ ਸ਼ੁਰੂ ਹੋ ਰਿਹਾ ਤੁਹਾਡੇ ਸਾਹਮਣੇ ਠੀਕ ਹੈ ਜੀ ਮੋਬਾਈਲ ਤੁਹਾਡੇ ਹੱਥ ਦੇ ਵਿੱਚ ਇਹਦੀ ਡਿਸਪਲੇ ਚੇਂਜ ਕਰਨੀ ਹੈ ਤੇ ਜਦੋਂ ਤੁਸੀਂ ਕਹੋਗੇ ਅਸੀਂ ਆ ਸਟਾਰਟ ਦਾ ਬਟਨ ਦੱਬ ਦਾਂਗੇ ਬਸ ਬਿਲਕੁਲ ਹੀ ਕਰਕੇ ਦਿਖਾ ਦਿੰਦੇ ਤੁਸੀਂ ਸ਼ੋਰ ਹੋਗੇ 15 ਮਿੰਟ ਦੇ ਵਿੱਚ ਵਿੱਚ ਹੋ ਜੂਗਾ 99% 15 ਮਿੰਟ ਚ ਅਸੀਂ ਕੰਮ ਕਰਕੇ ਦਿੰਦੇ ਇਹਦਾ 1% ਹੁੰਦਾ ਕੋਈ ਵਾਰ ਕੋਈ ਫਾਲਟ ਉਦਾਂ ਦਾ ਹੁੰਦਾ 5-10 ਮਿੰਟ ਜ਼ਿਆਦਾ ਲੱਗ ਸਕਦੇ ਆ ਠੀਕ ਹੈ ਤੁਸੀਂ ਇਹ ਕੈਮਰੇ ਦੇ ਵਿੱਚ ਦੱਸ ਰਹੇ ਹੋ ਅਸੀਂ ਸਟਾਰਟ ਕਰ ਦਈਏ ਜੀ ਬਿਲਕੁਲ ਬਿਲਕੁਲ ਲੋ ਵੀਰੇ ਇਹ ਤੁਹਾਡੇ ਕਹੇ ਤੇ ਅਸੀਂ ਇਹ ਸਟਾਰਟ ਕਰਦੇ ਜੀ ਪ੍ਰਿਪਾਲ ਆ 10 ਦਾ ਫੋਲਡਰ ਚੇਂਜ ਕਰੋ ਭਾਜੀ ਨਾਰਮਲੀ ਜਿੰਨੇ ਟਾਈਮ ਚ ਕਰਦੇ ਤੁਸੀਂ ਕਰ ਦਿਓ ਜੀ ਹਾਂ ਜੀ
ਡਿਸਪਲੇ ਬਿਲਕੁਲ ਰੈਡੀ ਹੈ ਬਿਲਕੁਲ ਰੈਡੀ ਹੈ ਜੀ ਮਤਲਬ ਤੁਹਾਡੇ ਕੈਮਰੇ 'ਚ ਦਿਖਾ ਰਹੇ ਕੈਮਰੇ 'ਚ ਕੋਈ ਇਹਦੇ ਵਿੱਚ ਹੇਰ ਫੇਰ ਨਹੀਂ ਕਿ ਤੁਹਾਡੇ ਸਾਹਮਣੇ ਕੈਮਰਾ ਵੀ ਚੱਲਦਾ ਰਿਹਾ ਅਤੇ ਆ ਵੀ ਹੈ ਕਾਊਂਟ ਡਾਊਨ ਵੀ ਚੱਲ ਰਿਹਾ ਇਹ ਆਪਾਂ ਇੱਥੋਂ ਕਰ ਦਿੰਦੇ ਹਾਂ ਸਟੋਪ ਮਤਲਬ 15 ਸਕਿੰਟ ਪਹਿਲਾਂ ਹੀ ਇਹ ਚੀਜ਼ ਮੇਰੇ ਕੋਲ ਆ ਗਈ ਸੀਗੀ ਤਕਰੀਬਨ 5 ਮਿੰਟ ਅਤੇ 25 ਸਕਿੰਟ ਦੇ ਵਿੱਚ ਵਿੱਚ ਇਹ ਡਿਸਪਲੇ ਬਿਲਕੁਲ ਰੈਡੀ ਆ ਆਪਾਂ ਇਹਨੂੰ ਚਲਾ ਕੇ ਦਿਖਾ ਦਿੰਦੇ ਹਾਂ ਇੱਦਾਂ ਨਹੀਂ ਗਾ ਕਿ ਕੋਈ ਆਪਾਂ ਹੇਰ ਫੇਰ ਨਹੀਂ ਗੀ ਗੱਲ ਵਿੱਚ ਜਿੱਦਾਂ ਐਜ਼ ਪਰ ਕਮਿਟਮੈਂਟ ਵੀਰੇ ਨੇ ਬਿਲਕੁਲ ਵਧੀਆ ਟਾਈਮ ਲਿਆ ਸੀ 15 ਮਿੰਟ ਦਾ ਭਾਅ ਜੀ ਤੁਸੀਂ ਸਾਡੇ ਵੱਲੋਂ ਵੈਰੀਫਾਈਡ ਹੋ ਮਤਲਬ ਤੁਸੀਂ ਜਿਹੜੀ ਕਮਿਟਮੈਂਟ ਦਿੱਤੀ ਅਤੇ ਉਸ ਤੋਂ ਪਹਿਲਾਂ ਹੀ ਤੁਸੀਂ ਉਹ ਕੰਮ ਕਰਕੇ ਸਾਨੂੰ ਦੇ ਦਿੱਤਾ ਠੀਕ ਹੈ ਅਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਕਿ ਤੁਹਾਡਾ ਇਸ ਲਾਈਨ ਦੇ ਵਿੱਚ ਕਿੰਨੇ ਸਾਲ ਦਾ ਐਕਸਪੀਰੀਅੰਸ ਹੈ ਜੀ ਮੈਨੂੰ 15-16 ਸਾਲ ਹੋ ਗਏ ਇਸ ਲਾਈਨ ਦੇ ਵਿੱਚ 15-16 ਸਾਲ ਅਤੇ ਤੁਹਾਡਾ ਕਿਵੇਂ ਦਾ ਐਕਸਪੀਰੀਅੰਸ ਰਿਹਾ ਇਹ ਚੀਜ਼ ਐਕਸਪੀਰੀਅੰਸ ਤੁਹਾਨੂੰ ਪਤਾ ਹੀ ਆ ਪਹਿਲਾਂ ਕੀਪੈਡ ਵਾਲੇ ਫੋਨ ਚੱਲਦੇ ਸੀ ਉਸ ਤੋਂ ਬਾਅਦ ਟੱਚ ਫੋਨ ਆ ਗਏ ਐਂਡਰੋਇਡ ਆ ਗਏ ਅੱਜ ਦੀ ਡੇਟ 'ਚ ਐਪਲ ਦੀ ਡਿਮਾਂਡ ਹੈ ਬਿਲਕੁਲ ਅਤੇ ਉਹ ਜਿਵੇਂ ਜਿਵੇਂ ਅਪਡੇਟ ਆਪਦੇ ਆਪ ਨੂੰ ਕਰਨਾ ਹੀ ਪੈਣਾ ਮਾਰਕੀਟ ਦੇ ਅਕੋਰਡਿੰਗ ਉਵੇਂ ਵੀ ਟੂਲਸ ਅਪਡੇਟ ਕਰ ਰਹੇ ਹਾਂ ਲੇਟੈਸਟ ਟੈਕਨੋਲੋਜੀ ਆਪਣੇ ਕੋਲੇ ਠੀਕ ਹੈ ਸਾਰਾ ਇਹ ਜਿਹੜੇ ਟੂਲਸ ਮੈਨੂੰ ਲੱਗਦੇ ਵੀ ਇੰਪੋਰਟੈਂਟ ਪਏ ਨੇ ਸਾਰੇ ਇੰਪੋਰਟੈਂਟ ਟੂਲਸ ਹੁੰਦੇ ਅਪਡੇਟਡ ਨੇ ਮਤਲਬ ਕਿਸੇ ਵੀ ਤਰ੍ਹਾਂ ਦੀ ਪ੍ਰੋਬਲਮ ਕਿਸੇ ਵੀ ਤਰ੍ਹਾਂ ਦਾ ਜਿਹੜਾ ਹੱਲ ਹੈ ਤੁਹਾਡੇ ਕੋਲ ਹੈਗਾ ਕੋਈ ਵੀ ਚਿਪ ਲੈਵਲ ਦਾ ਕੰਮ ਹੋਵੇ ਐਪਲ ਦਾ ਹੋਵੇ ਜਾਂ ਮਦਰਬੋਰਡ ਦਾ ਕੰਮ ਹੋਵੇ ਐਪਲ ਦਾ ਹੀ ਕੰਮ ਕਰਦੇ ਠੀਕ ਹੈ ਤੇ ਟੋਟਲੀ ਕੰਮ ਹੋ ਜਾਏਗਾ ਤੇ ਮੈਂ ਤੁਹਾਨੂੰ ਇਹ ਪੁੱਛਣਾ ਚਾਹੁੰਦਾ ਵੀਰੇ ਆ ਆਪਾਂ ਡਿਸਪਲੇ ਚੇਂਜ ਕੀਤੀ ਹੈ ਇਹਦੇ ਹੁਣ ਕਿੰਨੇ ਪੈਸੇ ਨੇ ਜਿਹੜੇ ਆਪਾਂ ਤੁਹਾਨੂੰ ਦੇਣੇ ਆ ਪੈਸੇ ਤੁਹਾਡੀ ਆਪਣੀ ਵੈਬਸਾਈਟ ਹੈ ਤੁਸੀਂ ਖੁਦ ਜਾ ਕੇ ਚੈੱਕ ਕਰੋ ਕੀ ਆਪਣਾ ਤੁਸੀਂ ਕਹਿਣਾ ਚਾਹੁੰਦੇ ਹੋ ਅੱਛਾ ਐਸਟੀਮੇਟ ਵਾਲੇ ਤੇ ਹੀ ਸਾਡਾ ਜਿਹੜਾ ਬਿਲਕੁਲ ਪ੍ਰਾਈਸ ਸਾਡੇ ਉੱਤੇ ਸੈੱਟ ਕੀਤੇ ਹੋਏ ਆ ਮੈਂ ਜ਼ਰੂਰ ਚੈੱਕ ਕਰੂੰਗਾ ਜੀ ਤੁਸੀਂ ਕਿੰਨਾ ਇਹਦੇ ਉੱਤੇ ਸੈੱਟ ਕੀਤਾ ਹੋਇਆ ਤੁਹਾਨੂੰ ਵੀ ਕਲੀਅਰ ਹੋ ਜਾਏਗਾ ਜੀ ਇਹੀ ਤਾਂ ਬੈਨੀਫਿਟ ਹੈ ਇਸ ਸਾਈਟ ਦਾ ਕਸਟਮਰ ਡਾਇਰੈਕਟ ਜਾ ਕੇ ਉੱਥੇ ਚੈੱਕ ਕਰ ਸਕਦਾ ਬਿਲਕੁਲ ਤੇ ਉਹਨੂੰ ਦੁਕਾਨਾਂ ਤੇ ਭਟਕਣ ਦੀ ਲੋੜ ਨਹੀਂ ਹੈ ਬਿਲਕੁਲ ਬਿਲਕੁਲ ਕਿ ਨਾ ਡਾਇਰੈਕਟ ਐਗਜ਼ੈਕਟ ਉਹਨੂੰ ਐਸਟੀਮੇਟ ਪਤਾ ਲੱਗ ਜਾਂਦਾ ਐਸਟੀਮੇਟ ਵੀ ਪਤਾ ਲੱਗ ਜਾਊਗਾ ਪਲੱਸ ਵੀਡੀਓ ਵੀ ਉਹਦੇ ਸਾਹਮਣੇ ਆ ਜਾਊਗੀ ਕਿ ਕਿਹੜੀ ਟੈਕਨੋਲੋਜੀ ਮੇਰਾ ਫੋਨ ਯੂਜ਼ ਕਰਦਾ ਹੈ ਸ਼ਹਿਰ ਦੇ ਵਿੱਚ ਵੈਰੀਫਾਈਡ ਕਿਹੜਾ ਹਾਂ ਹੁੰਦਾ ਹੈਗਾ ਐਕਚੁਅਲੀ ਵੈਰੀਫਾਈਡ ਦਾ ਫਾਇਦਾ ਇਹ ਹੈ ਨਾ ਜਿਵੇਂ ਐਸਟੀਮੇਟ ਵਾਲੇ ਵੱਲੋਂ ਜਿਹੜਾ ਕੋਈ ਬੰਦਾ ਆਉਂਦਾ ਤੁਹਾਨੂੰ ਵੀ ਇਹ ਰਿਸਪੋਨਸਿਬਿਲਟੀ ਹੋਊਗੀ ਕਿ ਤੁਹਾਡਾ ਕੰਮ ਜਲਦੀ ਹੋਣਾ ਚਾਹੀਦਾ ਕਿਉਂਕਿ ਤੁਸੀਂ ਇੱਕ ਵੀਡੀਓ ਅਪਲੋਡ ਕਰ ਰਹੇ ਹੋ ਜਿਹਦੇ ਵਿੱਚ ਤੁਸੀਂ ਘੱਟ ਟਾਈਮ ਦੇ ਵਿੱਚ ਡਿਸਪਲੇ ਚੇਂਜ ਕੀਤੀ ਹੈ ਤੇ ਤੁਹਾਡੇ ਸਿਰ ਤੇ ਇੱਕ ਰਿਸਪੋਨਸਿਬਿਲਟੀ ਵੀ ਹੋਊਗੀ ਕਿ ਹਾਂ ਐਸਟੀਮੇਟ ਵਾਲੇ ਵੱਲੋਂ ਬੰਦਾ ਆਇਆ ਕਸਟਮਰ ਆਇਆ ਇਹਨੂੰ ਆਪਾਂ ਤਸੱਲੀ ਬਖਸ਼ ਕੰਮ ਦੇਣਾ ਹੈ ਨਾ ਭਾਜੀ ਮੈਂ ਦੇਖ ਪਾ ਰਿਹਾ ਕਿ ਤੁਹਾਡਾ ਜਿਹੜਾ ਗੋਬਿੰਦ ਮੋਬਾਈਲ ਪੁਆਇੰਟ ਦੇ ਵਿੱਚ ਐਸਟੀਮੇਟ ਡਿਸਪਲੇ ਦਾ ਪਾਇਆ ਹੋਇਆ ਇਹ ਹੈਗਾ ਜੀ 4500 ਰੁਪਈਆ ਇਹ ਇਹੀ ਪ੍ਰਾਈਜ਼ ਹੈ ਜਿਹੜਾ ਬਿਲਕੁਲ ਠੀਕ ਹੈ ਐਸਟੀਮੇਟ ਵਾਲੇ ਤੇ ਜਿਹੜਾ ਤੁਸੀਂ ਪ੍ਰਾਈਜ਼ ਪਾਇਆ ਇਹ ਹਮੇਸ਼ਾ ਇਹੀ ਰਹੂਗਾ ਜਾਂ ਕੁਛ ਕਰਦਾ ਜੀ ਮਾੜਾ ਮੋਟਾ ਕੋਈ 100-200 ਉੱਪਰ ਥੱਲੇ ਹੋ ਸਕਦਾ ਹੈਗਾ ਕੋਈ ਜ਼ਿਆਦਾ ਨਹੀਂ ਫਰਕ ਹੈਗਾ ਮਤਲਬ ਨਾਮ ਦੇ ਮੁਤਾਬਿਕ ਇਹ ਐਸਟੀਮੇਟਡ ਪ੍ਰਾਈਸ ਬਿਲਕੁਲ ਬਿਲਕੁਲ ਆਈਡੀਆ ਜਿਹਾ ਹੈ ਫੋਲਡਰ ਅਲੱਗ ਅਲੱਗ ਆਉਂਦੇ ਆ 4500 ਓਰੀਜਨਲ ਫੋਲਡਰ ਪਾਉਣਾ ਥੋੜਾ ਕਾਸਟਲੀ ਆ ਜਾਂਦਾ ਜਿਵੇਂ ਫਿਰ ਉਹ ਕਸਟਮਰ ਦੀ ਡਿਮਾਂਡ ਹੈ ਉਹਦੇ ਅਕੋਰਡਿੰਗ ਟੈਕਨੋਲੋਜੀ ਦੇ ਹਿਸਾਬ ਨਾਲ ਆਪਾਂ ਨੂੰ ਚੇਂਜ ਹੋਣਾ ਪੈਂਦਾ ਹੈ ਚਲੋ ਠੀਕ ਹੈ ਜੀ ਬਹੁਤ ਅੱਛਾ ਲੱਗਿਆ ਤੁਹਾਡੇ ਨਾਲ ਗੱਲਬਾਤ ਕਰਕੇ ਅਮਰਜੀਤ ਸਿੰਘ ਜੀ ਕੰਗ੍ਰੈਚੁਲੇਸ਼ਨ ਤੁਸੀਂ ਸਾਡੇ ਵੱਲੋਂ ਵੈਰੀਫਾਈਡ ਹੋ ਜੋ ਜੋ ਅਸੀਂ ਚੀਜ਼ਾਂ ਤੁਹਾਡੇ ਬਾਰੇ ਸੁਣੀਆਂ ਸੀ ਉਹ ਬਿਲਕੁਲ ਹੀ ਸਹੀ ਨੇ ਤੇ ਅੱਜ ਅਸੀਂ ਪਹੁੰਚੇ ਸੀ ਗੋਬਿੰਦ ਮੋਬਾਈਲ ਪੁਆਇੰਟ ਮੋਗੇ ਦੇ ਵਿੱਚ ਪੱਟੀ ਵਾਲੀ ਗਲੀ ਦੇ ਵਿੱਚ ਬਹੁਤ ਹੀ ਮਸ਼ਹੂਰ ਦੁਕਾਨ ਹੈ ਜੋ ਜੋ ਇਹਨਾਂ ਨੇ ਆਪਣੇ ਬਾਰੇ ਦੱਸਿਆ ਹੋਇਆ ਉਹ ਬਿਲਕੁਲ ਸਹੀ ਹੈ ਤੇ ਜੇ ਤੁਸੀਂ ਵੀ ਸਾਡੇ ਨਾਲ ਜੁੜਨਾ ਚਾਹੁੰਦੇ ਹੋ ਤੁਸੀਂ ਵੀ ਆਪਣੀ ਮੋਬਾਈਲ ਸ਼ੋਪ ਨੂੰ ਰਜਿਸਟਰ ਕਰਵਾਉਣਾ ਚਾਹੁੰਦੇ ਹੋ ਤੇ ਸਾਡੀ ਵੈਬਸਾਈਟ ਦੇ ਉੱਤੇ ਲੌਗਇਨ ਕਰੋ ਰਜਿਸਟਰ ਕਰੋ estimatewale.com ਦੇ ਉੱਤੇ ਤੇ ਜਿਹੜੇ ਮੋਬਾਈਲ ਯੂਜ਼ਰ ਜਿਨ੍ਹਾਂ ਦੇ ਮੋਬਾਈਲ ਦੇ ਵਿੱਚ ਕੋਈ ਵੀ ਪ੍ਰੋਬਲਮ ਹੈ ਤੇ ਉਹ ਚਾਹੁੰਦੇ ਨੇ ਕਿ ਉਹਨਾਂ ਨੂੰ ਸੋਲਿਊਸ਼ਨ ਦਾ ਐਸਟੀਮੇਟ ਵੀ ਮਿਲ ਜਾਵੇ ਤੇ ਵੈਰੀਫਾਈਡ ਸ਼ੋਪ ਵੀ ਨੇੜੇ ਤੇੜੇ ਮਿਲ ਜਾਵੇ ਤੁਹਾਡੇ ਪਲੇ ਸਟੋਰ ਦੇ ਵਿੱਚ ਐਪਲੀਕੇਸ਼ਨ ਆ ਚੁੱਕੀ ਹੈ ਐਸਟੀਮੇਟ ਵਾਲੇ ਜਦੋਂ ਵੀ ਤੁਸੀਂ ਉਹਨੂੰ ਕਰੋਗੇ ਉਹ ਸਾਈਨ ਅਪ ਕਰਨ ਤੋਂ ਬਾਅਦ ਤੁਹਾਡੇ ਨੀਅਰ ਬਾਈ ਤੁਹਾਡਾ ਕੋਈ ਵੀ ਏਰੀਆ ਵਾ ਕੋਈ ਵੀ ਤੁਹਾਡਾ ਸਟੇਟ ਹੈ ਤੁਸੀਂ ਉਹਦੇ ਵਿੱਚ ਆਪਣੇ ਆਪ ਦਾ ਜਿਹੜਾ ਮੋਬਾਈਲ ਦੀ ਪ੍ਰੋਬਲਮ ਹੈ ਉਹਦਾ ਸੋਲਿਊਸ਼ਨ ਦਾ ਐਸਟੀਮੇਟ ਜਾਣ ਸਕਦੇ ਹੋ ਅਤੇ ਨੇੜੇ ਦੀ ਦੁਕਾਨ 'ਤੇ ਪਹੁੰਚ ਸਕਦੇ ਹੋ ਥੈਂਕ ਯੂ ਸੋ ਮੱਚ